ਉਮਾਏ ਅੱਜ ਕੇ ਖਵਾਇਆ ਕਮ ਚੋਰ ਪੁੱਤ ਨੂੰ ਕਿੰਨਾ ਹੌਸਲਾ ਤੂੰ ਦਿੱਤਾ ਕਮਜ਼ੋਰ ਪੁੱਤ ਨੂੰ ਮਾਰੇ ਟੈਮ ਵਿੱਚ ਕਦ ਡੋਲੀ ਨਾ ਤੂੰ ਮਾਏ ਰੱਖੇ ਸੀਨੇ ਵਿੱਚ ਦੁੱਖ ਮੂੰਹ ਬੋਲੀ ਨਾ ਤੂੰ ਮਾਏ ਓ ਚੱਕੀ ਫਿਰਦੀਆਂ ਸਾਰੀਆਂ ਹੀ ਜ਼ਿੰਮੇਵਾਰੀਆਂ ਕਿਸੇ ਹੋਰ ਕੋ ਨਹੀਂ ਹੋਣਾ ਤੇਰੇ ਜਹਾਜ਼ ਰਾਣੀ ਲੋਕਾ ਲਈ ਤਰਬ ਪਾਵੇਂ ਅੰਬਰਾਂ 'ਚ ਹੋਣਾ ਲੋਕਾ ਲਈ ਤਰਬ ਪਾਵੇਂ ਮੰਦਰਾਂ 'ਚ ਹੋਣਾ ਮੇਰਾ ਬਣਿਆਏ ਰੱਬ ਮਾਏ ਤੇਰਾ ਚਿਰਾਨੀ ਦੇਖ ਰਿਹਾ ਅੱਖਾਂ ਭਰ ਆਈਆਂ ਵਾਅ ਸੁਣ ਕੇ ਅੱਖਾਂ ਭਰੀਆਂ ਕਿ ਹਾਲਾਤ ਆਪਣੇ ਸੋਚ ਕੇ ਕੋਈ ਨਾ ਮਾਦਰੀ ਕੋਈ ਨਾ ਨੌਜਵਾਨ 'ਚ ਇਹ ਟੈਲੈਂਟ ਆ ਵੀ ਇਹ ਗਾਣੇ ਲਿਖਦਾ ਤੁਸੀਂ ਕਹੋਗੇ ਵੀ ਪੰਜਾਬ ਦਾ ਤਾਂ ਹਰ ਨੌਜਵਾਨ ਅੱਜ ਕੱਲ ਗਾਣੇ ਲਿਖਦਾ ਪਰ ਇਹਦੀ ਸਿਰਫ ਜਿਹੜੀ ਅੱਖਾਂ ਦੀ ਨਿਗਾ ਉਹ 15% ਹੈ ਬੱਬੂ ਮਾਨ ਅਤੇ ਸਿੱਧੂ ਮੂਸੇ ਵਾਲੇ ਦਾ ਬਹੁਤ ਵੱਡਾ ਫੈਨ ਆ ਉਹ ਲੱਖਾਂ ਹੋਣੀਆਂ ਕਰਾਂਸੀਆਂ ਨਹੀਂ ਨਾਮ ਇਹ ਉਹਦਾ ਇੱਕ ਆ ਬੱਬੂ ਮਾਨ ਮੂਰੇ ਤਸ ਟਾਰ ਸਾਰੇ ਫਿੱਕਿਆ ਉਮਾਨ ਬਾਈ ਦੀ ਚੜਾਈ ਫੈਨਫੋਲਿੰਗ ਕਰੋੜਾ ਚ ਵਿਕਦੇ ਕਰੋੜਾ ਵਿੱਚ ਗੀਤ ਜੜੇ ਲਿਖਿਆ ਉਹ ਖੱਟ ਵਾਲੇ ਦੀਆਂ ਗੱਲਾਂ ਮੁੰਡਾ ਲਿਖਦਾ ਲਿਖਦਾ ਏ ਬੱਲੀਏ ਤੋ ਮੋਟ ਤੋ ਬੱਬੂ ਮਾਨ ਬਾਈ ਦਾ ਆ ਨਾਮ ਚੱਲਦਾ ਪਦ ਚੱਲਦਾ ਆ ਗਾਂਧੀ ਵਾਲੇ ਨੋਟ ਤੋ ਬੱਬੂ ਮਾਨ ਬਾਈ ਦਾ ਆ ਨਾਮ ਚੱਲਦਾ ਪਦ ਚੱਲਦਾ ਆ ਗਾਂਧੀ ਵਾਲੇ ਨੋਟ ਤੋ ਲਿਖਾ ਹੋਣੀਆਂ ਕਰਾਂਸੀਆਂ ਨੀ ਨਾਮੇ ਉਹਦਾ ਹੀ ਜਰੂਰ ਆਵਾਜ਼ ਸੁਣੋਗੇ ਤਾਂ ਤੁਸੀਂ ਕਹੋਗੇ ਵੀ ਆਵਾਜ਼ ਵਿੱਚ ਤੁਹਾਨੂੰ ਥੋੜਾ ਜਿਹਾ ਸ਼ਾਇਦ ਕਮੀ ਪੇਸ਼ੀ ਲੱਗੇ ਪਰ ਲਿਖਾਵਰ ਤੇ ਤੁਹਾਨੂੰ ਮਾੜੀ ਮੋਟੀ ਵੀ ਕਮੀ ਪੇਸ਼ੀ ਨਹੀਂ ਲੱਗੇਗੀ ਹਮੇ ਯਹਾਰਾ ਵੇ ਆ ਫੈਨੇ ਉਦੀ ਜੜਾ ਚ ਉਬਰ ਲਿਖਦਾ ਮੂਸੇ ਤੋਂ ਉਹਨੇ ਅਸਲਾ ਮੰਗਾਇਆ ਸੁਣ ਰਕਾਨੇ 18 ਲੱਖ ਦਾ ਰੂਸੇ ਤੋਂ ਮੈਂ ਸੁਣਿਆ ਸ਼ੂਟਰ ਉਹ ਚੋਟੀ ਦਾ ਨਾ ਅੱਦੀ ਸਿੱਧੂ ਸਿੱਕੇ ਉਟੀਦਾ ਉਹਨ ਲੋਕ ਵੇ ਮਾੜਾ ਕਹਿੰਦੇ ਨੇ ਕੋਈ ਹੋਣਾ ਅਕਲ ਨਹੀਂ ਮੋਟੀ ਦਾ ਉਹਦੇ ਜज्ਬਾ ਤੇ ਜਨੂਨ ਉਤੋਂ ਦਿਲਵਾਰਿਆ ਮਾ ਜਾਜਣ ਨੇ ਉਹ ਸਿੱਧੂ ਮੂਸੇ ਵਾਲਾ ਤਾਂ ਕਿਹੜਾ ਵੇ ਉਹਦੇ ਫੈਨ ਵੀ ਬੱਲੀਏ ਤਾਕੜ ਨੇ ਸਿੱਧੂ ਮੂਸੇ ਸਾਨੂੰ ਪਤਾ ਲੱਗਿਆ ਮਤਲਬ ਜਦੋਂ ਇਹ ਤੋਰਨ ਲੱਗਿਆ ਉਦੋਂ ਸਾਨੂੰ ਪਤਾ ਲੱਗਿਆ ਬਈ ਇਹ ਹਟ ਕੇ ਗਿਰ ਜਾਂਦਾ ਸੀਗਾ ਉਦੋਂ ਬਾਅਦ ਫਿਰ ਚਸ਼ਮਾ ਵੀ ਲੱਗ ਗਿਆ ਸੀਗਾ ਇਹਦੇ ਤੇ ਹੁਣ ਤਾਂ ਚਸ਼ਮਾ ਵੀ ਲਾ ਦਿੰਦਾ ਹਾਂ ਕਦੇ ਡਾਕਟਰ ਕਿਸ ਕੋ ਗਏ ਕਿਸ ਨੇ ਕਿਹਾ ਵੀ ਕੋਈ ਇਲਾਜ ਹੈਗਾ ਕਿੱਥੇ ਪਾਸੇ ਹੈਗਾ ਲੁਧਿਆਣਾ ਜਿੱਥੇ ਮੈਂ ਸਾਰੇ ਹਸਪਤਲਾਂ 'ਚ ਜਾਈ ਉਹ ਕਹਿੰਦੇ ਵੀ ਪਿੱਛੋਂ ਲਾਈਟ ਨਹੀਂ ਹੈਗੀ ਤੇ ਪੀਜੀਈ ਗਈ ਸੀਗੀ ਕਵਾਰੀ ਮੈਂ ਉੱਥੇ ਉਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਤੇ ਲੋਕਡਾਊਨ 'ਚ ਕਹਿੰਦੇ ਵੀ ਪਰਮਿਸ਼ਨ ਲੈ ਕੇ ਆਇਓ ਤੇ ਬਾਕੀ ਮੈਂ ਨੈਟ ਤੇ ਦੇਖਿਆ ਸੀਗਾ ਬੈਂਗਲੌਰ ਕਹਿ ਰਹੇ ਨੇ ਵੀ ਉੱਥੇ ਹੈਗਾ ਇਹਦਾ ਇਲਾਜ ਬੰਗਲੌਰ ਜਾਣ ਨਹੀਂ ਹੋਇਆ ਨਹੀਂ ਜਾਇਆ ਨਹੀਂ ਗਿਆ ਦੂਰਾ ਤੁਹਾਨੂੰ ਪਤਾ ਹੀ ਹੈ ਖਰਚੇ ਕਰਕੇ ਵੀ ਬੰਗਲੌਰ ਦਾ ਖਰਚਾ ਨਹੀਂ ਅਫੋਰਡ ਕਰ ਸਕਦੇ ਤਾਂ ਨਹੀਂ ਜਾ ਹਾਂਜੀ ਹੋ ਪਹਿਲਾ ਪਹਿਲਾ ਬੜਾ ਸੋਹਣੇ ਪਿਆਰ ਤੂੰ ਜਿਤਾਇਆ ਸੀ ਯਾਦ ਕਰਿਓ ਹੋ ਪਲ ਜਦੋਂ ਨੇੜੇ ਤੇਰੇ ਆਇਆ ਸੀ ਹੁਕਾ ਦੇ ਅੱਖ ਦੀ ਸੀ ਤੇਰੇ ਬਿਨਾ ਮਰ ਜੂਗੀ ਮੈਂ ਹੁਣ ਦੱਸ ਕਿ ਮੈਂ ਹੋਰ ਤੇਰੀ ਰੂਹ ਉੱਤੇ ਛਾ ਗਿਆ ਤੇਰਾ ਦਿਲ ਆਇਆ ਸੋਹਣੇ ਇੱਕ ਰਹਾਏ ਦਹਾਏ ਕਰ ਜੀਦਾ ਦਿਲ ਕੀ ਤਾ ਸੋਣੀ ਨੀਰੈਣ ਓਹੀ ਆ ਗਿਆਂ ਤੇਰਾ ਦਿਲ ਆਇਆ ਸੋਣੀ ਏਕ ਰਾਏ ਦਾ ਏ ਕਰ ਜੀ ਦਾ ਦਿਲ ਕੀ ਤਾ ਸੋਣੀ ਨੀਰੈਣ ਓਹੀ ਆ ਗਿਆਂ ਹੋ ਪਹਿਲਾ ਪਹਿਲਾ ਬੜਾ ਸੋਣੀ ਕਿਉਂਕਿ ਇਹਨਾਂ ਨੇ ਕਿਹਾ ਮੈਨੂੰ ਪੜਨ ਦਾ ਵੀ ਬੜਾ ਸ਼ੌਂਕ ਸੀਗਾ ਉਸ ਸਮੇਂ ਪੜਦਾ 8ਵੀਂ ਤੱਕ ਤਾਂ ਕੋਈ ਪਤਾ ਨਹੀਂ 8ਵੀਂ ਤੋਂ ਬਾਅਦ ਤੇ ਨਹੀਂ ਸੀ ਬਾਅਦ ਨਹੀਂ ਗਿਆ ਘਟ ਗਈ ਫੇਰ ਤਾਂ ਹੁਣ ਅੱਗੇ ਅੱਗੇ ਔਖੇ ਔਖੇ ਆਉ ਦਿਲ ਵਿੱਚ ਵੱੜ ਪੂਰੀ ਭੇਤੀ ਬਣ ਕੇ ਸਾਡੇ ਜਜਬਾਤਾਂ ਨਾਲ ਖੇਡੀ ਦੁਨੀਆ ਹਉ ਤੋਤੋ ਆ ਪਿਆਰ ਰੱਖ ਦਿਲ ਵਿੱਚ ਖਾਰ ਕਰੇ ਪਿੱਠ ਪਿੱਛੇ ਵਾਰ ਬੜੀ ਟੇਢੀ ਦੁਨੀਆ ਆ ਬਾਜੀ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਪੈਲ ਤੇ ਪਿੰਡ ਮੇਰਾ ਠਮੋਟਾ ਤੇ ਬਾਜੀ ਮੇਰਾ ਫੋਨ ਨੰਬਰ ਹੈਗਾ 82830 36428 82830 36428 ਸਤਿ ਸ਼੍ਰੀ ਅਕਾਲ ਢੇਲੀਬੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਅੱਜ ਪਿੰਡ ਤਮੋਟ ਪਹੁੰਚੇ ਆ ਹਲਕਾ ਪਾਇਲ ਅਤੇ ਇੱਥੇ ਇੱਕ ਨੌਜਵਾਨ ਨੂੰ ਮਿਲੇ ਨੌਜਵਾਨ ਦਾ ਟੈਲੈਂਟ ਤੁਹਾਨੂੰ ਦਿਖਾਵਾਂਗੇ ਪਹਿਲਾਂ ਤਾਂ ਦੱਸ ਦਈਏ ਵੀ ਨੌਜਵਾਨ 'ਚ ਇਹ ਟੈਲੈਂਟ ਆ ਵੀ ਇੱਕ ਗਾਣੇ ਲਿਖਦਾ ਤੁਸੀਂ ਕਹੋਗੇ ਵੀ ਪੰਜਾਬ ਦਾ ਤਾਂ ਹਰ ਨੌਜਵਾਨ ਅੱਜਕੱਲ ਗਾਣੇ ਲਿਖਦਾ ਪਰ ਇਹਦੀ ਸਿਰਫ ਜਿਹੜੀ ਅੱਖਾਂ ਦੀ ਨਿਗਾ ਉਹ 15% ਐ ਬੱਬੂ ਮਾਨ ਅਤੇ ਸਿੱਧੂ ਮੂਸੇ ਵਾਲੇ ਦਾ ਬਹੁਤ ਵੱਡਾ ਫੈਨ ਆ ਬਬੂ ਮਾਂ ਤੇ ਵੀ ਗਾਣਾ ਲਿਖਿਆ ਸਿੱਧੂ ਮੂਸੇ ਵਾਲਾ ਤੇ ਵੀ ਗਾਣਾ ਲਿਖਿਆ ਮਾਂ ਵੀ ਨਾਲ ਮੌਜੂਦ ਹੈ ਮਾਂ ਤੇ ਵੀ ਗਾਣਾ ਲਿਖਿਆ ਪਹਿਲਾਂ ਤਾਂ ਗਾਣੇ ਸੁਣ ਲੈਂਦੇ ਆ ਜਿਹੜੇ ਕੀ ਲਿਖੇ ਆ ਜ਼ਰੂਰ ਆਵਾਜ਼ ਸੁਣੋਗੇ ਤਾਂ ਤੁਸੀਂ ਕਹੋਗੇ ਵੀ ਆਵਾਜ਼ ਵਿੱਚ ਤੁਹਾਨੂੰ ਥੋੜਾ ਜਿਹਾ ਸ਼ਾਇਦ ਕਮੀ ਪੇਸ਼ੀ ਲੱਗ ਜਾਏ ਪਰ ਲਿਖਾवट ਵਿੱਚ ਤੁਹਾਨੂੰ ਮਾੜੀ ਮੋਟੀ ਵੀ ਕਮੀ ਪੇਸ਼ੀ ਨਹੀਂ ਲੱਗੇਗੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਬ੍ਰਸ਼ੀ ਗਾਲੀ ਸਾਰਿਆਂ ਨੂੰ ਬੱਬੂ ਮਾਨ ਤੇ ਗਾਣਾ ਲਿਖਿਆ ਮੈਂ ਸੁਣਿਆ ਬੱਬੂ ਮਾਨ ਤੇ ਕਿਹੜਾ ਗਾਣਾ ਲਿਖਿਆ ਜਿਹੜਾ ਲੋਕਾਂ ਨੂੰ ਸੁਣਾਉਗੇ ਬੱਬੂ ਮਾਨ ਦੇ ਫੈਨ ਬਥੇਰੇ ਨੇ ਉਸ ਤੋਂ ਬਾਅਦ ਤੁਹਾਡੇ ਬਾਰੇ ਪੁੱਛਾਂਗੇ ਵੀ ਕੀ ਐ ਕਿਦਾਂ ਨੇ ਹਾਂਜੀ ਬਾਜੀ ਬੱਬੂ ਮਾਨ ਨੇ ਬਾਈ ਤੇ ਗੀਤ ਲਿਖਿਆ ਬਾਜੀ ਤੇ ਸੋ ਉਹ ਲੱਖਾ ਹੋਣੀਆ ਕਰਾਂਸੀਆ ਨੀ ਨਾਵੇਂ ਉਹਦਾ ਇੱਕ ਯਾ ਹੋ ਬੱਬੂ ਮਾਨ ਮੂਰੇ ਤਾਂ ਸਟਾਰ ਸਾਰੇ ਫਿੱਕ ਯਾ ਕੁਲਕਾ ਹੋਣੀਆਂ ਕਰਾਂਸੀਆਂ ਨੀ ਨਾਮੇ ਉਹਦਾ ਇੱਕ ਆ ਬੱਬੂ ਮਾਨ ਮੂਰੇ ਤਸ ਟਾਰ ਸਾਰੇ ਫਿੱਕੇ ਆ ਉਹ ਮਾਨ ਬਾਈ ਦੀ ਚੜਾਈ ਫੈਨਫੋਲਿੰਗ ਕਰੋੜਾ ਚ ਵਿੱਕਦੇ ਕਰੋੜਾ ਵਿੱਚ ਗੀਤ ਜੜੇ ਲਿਖਿਆ ਉਹ ਖੱਟ ਵਾਲੇ ਦੀਆਂ ਗੱਲਾਂ ਮੁੰਡਾ ਲਿਖਦਾ ਲਿਖਦਾ ਏ ਬੱਲੀਏ ਤਾ ਮੋਟ ਤੋਂ ਬੱਬੂ ਮਾਨ ਬਾਈ ਦਾ ਆ ਨਾਮ ਚੱਲਦਾ ਵੱਧ ਚੱਲਦਾ ਆ ਗਾਂਦੀ ਵਾਲੇ ਨੋਟ ਤੋਂ ਬੱਬੂ ਮਾਨ ਬਾਈ ਦਾ ਆ ਨਾਮ ਚੱਲਦਾ ਵੱਧ ਚੱਲਦਾ ਆ ਗਾਂਦੀ ਵਾਲੇ ਨੋਟ ਤੋਂ Oh ਹੋ ਪੰਜਾਬੀ ਇਹਨਾਂ ਦਰਸੀ ਨੂੰ ਦਿੱਤੇ ਵੜੇ ਗੀਤ ਹਟ ਦਿੱਤੇ ਵੜੇ ਗੀਤ ਮਨ ਬਾਈ ਨੇ ਆ ਕਈ ਭੁੱਖਿਆ ਲੋਕਾਂ ਦਾ ਟਿੱਡ ਪਰਿਆਏ ਬੜਾ ਟਿੱਡ ਪਰਿਆਏ ਬਾਈ ਦੀ ਕਮਾਈ ਨੇ ਆ ਕਈ ਫਰਿਸ਼ਾ ਟੁੱਟੇ ਅਰਿਸ਼ਾਂ ਤੇ ਹੋ ਗਏ ਕਈ ਫਰਿਸ਼ਾ ਟੁੱਟੇ ਅਰਿਸ਼ਾਂ ਤੇ ਹੋ ਗਏ ਹੋ ਗਏ ਅਰਿਸ਼ਾਂ ਦੇ ਬਾਈ ਦੀ ਸਪੋਰਟ ਤੋਂ ਬੱਬੂ ਮਾਨ ਬਾਈ ਦਾ ਨਾਮ ਚੱਲਦਾ ਪਦ ਜਲਦਾ ਆ ਗਾਂਦੀ ਵਾਲੇ ਨੋਟ ਤੋਂ ਬੱਬੂ ਮਾਨ ਬਾਈ ਦਾ ਨਾਮ ਚੱਲਦਾ ਪਦ ਜਲਦਾ ਆ ਗਾਂਦੀ ਵਾਲੇ ਨੋਟ ਤੋਂ ਹਾਜੀ ਬਾਜੀ ਪਿੰਡ ਚ ਸੁਣਿਆ ਤਾਂ ਮੋਟ ਪਿੰਡ ਚ ਪੂਰੇ ਕਹਿ ਸਕਦੇ ਜਿਹੜਾ ਵੀ ਲੰਗਦਾ ਇੱਥੇ ਉਹ ਬੰਦਾ ਲੰਗਦਾ ਤੁਹਾਨੂੰ ਜ਼ਰੂਰ ਮਿਲ ਕੇ ਜਾਂਦਾ ਤੇ ਪੁੱਛ ਕੇ ਜਾਂਦਾ ਯਾਰ ਇਸ ਗੀਤ ਤੇ ਇਸ ਚੀਜ਼ ਤੇ ਗੀਤ ਸੁਣਾ ਦੇ ਇਸ ਚੀਜ਼ ਤੇ ਗੀਤ ਸੁਣਾ ਦੇ ਹਾਜੀ ਬਾਜੀ ਹਾਂਜੀ ਬਾਜੀ ਤੇ ਦੱਸੋ ਕਿ ਵੀ ਵਿਜ਼ਨ ਕਿਦਾਂ ਕੀ ਕੋਈ ਐਕਸੀਡੈਂਟ ਹੋਇਆ ਜਾਂ ਬਚਪਨ ਤੋਂ ਹੀ ਇਦਾਂ ਵਿਜ਼ਨ ਸੀ ਵਿਜ਼ਨ ਘਾਟ ਹੀ ਸੀਗੀ ਨਹੀਂ ਜੀ ਨਹੀਂ ਪਹਿਲਾਂ ਤਾਂ ਠੀਕ ਠੀਕ ਹੈ ਪਹਿਲਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਮਤਲਬ ਜਦੋਂ ਇਹ ਤੁਰਨ ਲੱਗਿਆ ਉਦੋਂ ਸਾਨੂੰ ਪਤਾ ਲੱਗਿਆ ਵੇ ਇਹ ਅੜਕ ਕੇ गिर ਜਾਂਦਾ ਸੀਗਾ ਉਦੋਂ ਬਾਅਦ ਫਿਰ ਚਸ਼ਮਾ ਵੀ ਲੱਗ ਗਿਆ ਸੀਗਾ ਇਹਦੇ ਤੇ ਹੁਣ ਤਾਂ ਚਸ਼ਮਾ ਵੀ ਲਾ ਦ ਹੁਣ ਤਾਂ ਮਤਲਬ ਇਹ ਪਹਿਲਾਂ ਮਤਲਬ ਵੱਧ ਘਟ ਗਈ ਸੀ ਨਾ ਮਾਂ ਦਾ ਹਾਂਜੀ ਘਰ ਦੇ ਹਾਲਾਤ ਵੀ ਦੇਖ ਰਹੇ ਆ ਵੀ ਕੋਈ ਜ਼ਿਆਦਾ ਸੁਖਾਵਲੇ ਨਹੀਂ ਆ ਵੀ ਕੋਈ ਦੇਖਣ ਚ ਵੀ ਪੇਂਟ ਨਹੀਂ ਹੋਇਆ ਆ ਪਲਸਟਰ ਨਹੀਂ ਹੋਇਆ ਆ ਘਰ ਘਰ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਹੈ ਮੈਂ ਜੀ ਕੰਪਨੀ ਚ ਲੱਗੀ ਇਹਦੇ ਡੈਡੀ ਮੇਰੇ ਤੋਰੀ ਖਾਣ ਤੇ ਕਦੇ ਡਾਕਟਰ ਕਿਸ ਕੋ ਗਏ ਕਿਸ ਨੇ ਕਿਹਾ ਵੀ ਕੋਈ ਇਲਾਜ ਹੈਗਾ ਕਿੱਥੇ ਪਾਸੇ ਹੈਗਾ ਕਿਸੇ ਪਾਸੇ ਜਾ ਕੇ ਹੋ ਸਕਦਾ ਨਹੀਂ ਜੀ ਲੁਧਿਆਣਾ ਚ ਤਾਂ ਮੈਂ ਸਾਰੇ ਹਸਪੀਟਲਾਂ ਚ ਜਾਈ ਉਹ ਕਹਿੰਦੇ ਵੀ ਪਿੱਛੋਂ ਲਾਈਟ ਨਹੀਂ ਹੈਗੀ ਤੇ ਪੀਜੀੀ ਗਈ ਸੀਗੀ ਇੱਕ ਵਾਰੀ ਮੈਂ ਉੱਥੇ ਉਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਤੇ ਲੋਕਡਾਊਨ ਚ ਕਹਿੰਦੇ ਵੀ ਪਰਮਿਸ਼ਨ ਲੈ ਕੇ ਆਇਓ ਤੇ ਬਾਕੀ ਮੈਂ ਨੈਟ ਤੇ ਦੇਖਿਆ ਸੀਗਾ ਬੈਂਗਲੌਰ ਕਹਿ ਰਹੇ ਨੇ ਵੀ ਉੱਥੇ ਹੈਗਾ ਇਹਦਾ ਇਲਾਜ ਬੈਂਗਲੌਰ ਜਾਣ ਨਹੀਂ ਹੋਇਆ ਨਹੀਂ ਜੀ ਜਾਇਆ ਨਹੀਂ ਗਿਆ ਦੂਰ ਆ ਤੁਹਾਨੂੰ ਪਤਾ ਹੀ ਹੈ ਖਰਚੇ ਕਰਕੇ ਵੀ ਬੰਗਲੌਰ ਦਾ ਖਰਚਾ ਨਹੀਂ ਅਫੋਰਡ ਕਰ ਸਕਦੇ ਤਾਂ ਨਹੀਂ ਆ। ਹਾਂਜੀ। ਹੋਰ ਵੀ ਗੀਤ ਸੁਣਾਓ ਜਿਹੜੇ ਲਿਖੇ ਹੋਏ ਨੇ। ਸਿੱਧੂ ਮੂਸੇਵਾਲੇ ਦਾ ਵੀ ਮੈਂ ਸੁਣਿਆ ਗੀਤ ਲਿਖਿਆ। ਵੈਸੇ ਤਾਂ ਬੱਬੂ ਮਾਨ ਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨ ਨੇ ਆਪਸ ਵਿੱਚ ਬਹੁਤ ਲੜਦੇ ਰਹਿੰਦੇ ਆ ਇੰਸਟਾਗ੍ਰਾਮ ਤੇ YouTube ਤੇ ਵੀਡੀਓਜ਼ ਦੇ ਥੱਲੇ ਵੀ ਲੜਦੇ ਰਹਿੰਦੇ ਆ। ਪਰ ਤੁਸੀਂ ਦੋਨਾਂ ਦੇ ਗਾਣੇ ਲਿਖਿਆ। ਸਿੱਧੂ ਮੂਸੇਵਾਲੇ ਦਾ ਜਿਹੜਾ ਗੀਤ ਲਿਖਿਆ ਉਹ ਵੀ ਜਰਾ ਸੁਣਾਈਏ ਇੱਕ ਵਾਰੀ। ਹਾਂਜੀ ਭਾਜੀ। ਉਹ ਬਾਜੀ ਡਿਊਟੀ ਲਿਖਿਆ ਸੀਗਾ ਮੈਂ ਤੇ ਮੁੰਡੇ ਦੀ ਕੁੜੀ ਵਾਲਾ ਸੀਗਾ ਤੇ ਮੈਂ ਤੁਹਾਨੂੰ ਸੁਣਾ ਦਿੰਨਾ। ਤੇ ਇੱਕ ਲਾਈਨ ਮੁੰਡੀ ਦੀ ਆ ਇੱਕ ਕੁੜੀ ਦੀ ਆ ਤੇ ਪਹਿਲੀ ਲਾਈਨ ਆ ਉਹ ਕੁੜੀ ਦੀ ਆ ਤੇ ਦੂਜੀ ਮੁੰਡੀ ਦੀ ਹੁੰਦੀ ਆ ਤੇ ਕੁੜੀਆਂ ਦੀ ਆ ਹਮੇ ਯਹਾਰਾ ਵੇ ਆ ਫੈਨੇ ਉਦੀ ਜੜਾ ਚੋਬਰ ਲਿਖਦਾ ਮੂਸੇ ਤੋਂ ਫਿਰ ਮੁੰਡੀ ਲੈਣਾ ਕੰਦਾ ਉਹਨੇ ਅਸਲਾ ਮੰਗਾਇਆ ਸੁਣ ਰਕਾਨੇ 18 ਲੱਖ ਦਾ ਰੂਸੇ ਤੋਂ ਮੈਂ ਸੋਣਿਆ ਸ਼ੂਟਰ ਉਹ ਚੋਟੀ ਦਾ ਨਾ ਅੱਦੀ ਸਿੱਧੂ ਸਿੱਕੇ ਉਟੀ ਦਾ ਉਹਨੂੰ ਲੋਕ ਵੇ ਮਾੜਾ ਕਹਿੰਦੇ ਨੇ ਕੋਈ ਹੋਣਾ ਅਕਲ ਨਹੀਂ ਮੋਟੀ ਦਾ ਉਹਦੇ ਜਜ਼ਬਾਤ ਤੇ ਜਨੂਨ ਉਤੋ ਦਿਲਵਾਰਿਆ ਐ ਮੈਂ ਜਾਜਣ ਨੇ ਉਹ ਸਿੱਧੂ ਮੂਸੇ ਵਾਲਾ ਤਾਂ ਕਿਹੜਾ ਵੇ ਉਦੇ ਫੈਨ ਵੀ ਬੱਲੀਏ ਤਾਕੜ ਨੇ ਸਿੱਧੂ ਮੂਸੇ ਵਾਲਾ ਤਾ ਕਹਿੜਾ ਵੇ ਉਦੇ ਫੈਨ ਵੀ ਬੱਲੀਏ ਤਾਕੜ ਨੇ ਜਿਹੜੇ ਰਾਹਾਂ ਦੇ ਵਿੱਚ ਅੜਦੇ ਨੇ ਹੋ ਸਾਈਡ ਤੇ ਖੜਕੇ ਝਾਕਣਗੇ ਸਿੱਧੂ ਮੂਸੇ ਵਾਲਾ ਤਾ ਕਹਿੜਾ ਵੇ ਉਹਦੇ ਫੈਨ ਵੀ ਬੱਲੀਏ ਤਾਕੜ ਨੇ ਮੈਂ ਸੁਣਿਆ ਗੰਨਾ ਵਾਲਾ ਉਹ ਧਰਨ ਦੇ ਨਾਲ ਨਾ ਤਾਣਾ ਉਹ ਉੱਚੀਆਂ ਲਿਖਦਾ ਸੋਣੀਏ ਨਹੀਂ ਉਹਦੀ ਸਮਝ ਆਉਂਦੀਆਂ ਪਾਤਾ ਨਾ ਮੈਂ ਸੋਚ ਸੋਚ ਹੈਰਾਨ ਹੁੰਦੀ ਐਨੀ ਦੁਨੀਆ ਪਿੱਛੇ ਲਈ ਕਿਵੇਂ ਉਹ ਵੈਰੀ ਵੱਡ ਕੇ ਉਂਝ ਸੁੱਟਦਾ ਵਾਲ ਕੱਟ ਕੇ ਸੁੱਟਦਾ ਨਹੀਂ ਜਿਵੇਂ ਆ ਇਹ ਨਿੱਕੀ ਉਮਰ ਸੇ ਆਪਣੇ ਤੇ ਫੇਮ ਪਾਲੀਆ ਬੰਦੇ ਮਾਤੜ ਨੇ ਸਿੱਧੂ ਮੂਸੇ ਵਾਲਾ ਤਾਂ ਕਿਹੜਾ ਵੇ ਉਹਦੇ ਫੈਨ ਵੀ ਬਲੀਏ ਤਾਕੜ ਨੇ ਅੱਛਾ ਮਾਂ ਨੇ ਵੀ ਬਹੁਤ ਸਪੋਰਟ ਕੀਤਾ ਜਿੱਦਾਂ ਹੁਣ ਵੀ ਨਾਲ ਖੜੇ ਆ ਪਤਾ ਲੱਗ ਰਿਹਾ ਵੀ ਮਾਂ ਨੇ ਪੂਰੀ ਜ਼ਿੰਦਗੀ ਸਪੋਰਟ ਤੁਹਾਡੀ ਅੱਜ ਤੱਕ ਕੀਤੀ ਆ ਮਾਂ ਤੇ ਵੀ ਕੋਈ ਗੀਤ ਲਿਖਿਆ ਹਾਂਜੀ ਬਾਜ ਮਾਤੇ ਵੀ ਲਿਖਿਆ ਜੀ ਤੇ ਉਹ ਵੀ ਤੁਹਾਨੂੰ ਸੁਣਾਉਣਾ ਚਾਹੁੰਦਾ ਮੈਂ ਉਸੀ ਕਹਿੰਦਾ ਉਹ ਹਉ ਰਾਜ ਕੇ ਖਵਾਇਆ ਕਮ ਚੋਰ ਪੁੱਤ ਨੂੰ ਕਿੰਨਾ ਹੌਸਲਾ ਤੂੰ ਦਿੱਤਾ ਕਮਜ਼ੋਰ ਪੁੱਤ ਨੂੰ ਉਹ ਮਾਇ ਰਾਜ ਕੇ ਖਵਾਇਆ ਕਮ ਚੋਰ ਪੁੱਤ ਨੂੰ ਕਿੰਨਾ ਹੌਸਲਾ ਤੂੰ ਦਿੱਤਾ ਕਮਜ਼ੋਰ ਪੁੱਤ ਨੂੰ ਮਾਰੇ ਟਾਈਮ ਵਿੱਚ ਕਦ ਡੋਲੀ ਨਾ ਤੂੰ ਮਾਇ ਰੱਕੇ ਸੀਨੇ ਵਿੱਚ ਦੁੱਖ ਮੂੰਹ ਬੋਲੀ ਨਾ ਤੂੰ ਮਾਇ ਉਹ ਚੱਕੀ ਫਿਰਦੀਆਂ ਸਾਰੀਆਂ ਹੀ ਜ਼ਿੰਮੇਵਾਰੀਆਂ ਕਿਸੇ ਹੋਰ ਕੋ ਨਹੀਂ ਹੋਣਾ ਤੇਰੇ ਜਹਾਜ ਰਾਣੀ ਹੋ ਲੋਕਾ ਲੀਤਾ ਰੱਬ ਪਾਵੇਂ ਅੰਬਰਾਂ 'ਚ ਹੋਣਾ ਲੋਕਾ ਲੀਤਾ ਰੱਬ ਪਾਵੇਂ ਮੰਦਰਾਂ 'ਚ ਹੋਣਾ ਮੇਰਾ ਬਣਿਆ ਏ ਰੱਬ ਮਾਏ ਤੇਰਾ ਚਿਰਾਨੀ ਲੋਕਾ ਲੀਤਾ ਰੱਬ ਪਾਵੇਂ ਅੰਬਰਾਂ 'ਚ ਹੋਣਾ ਲੋਕਾ ਲੀਤਾ ਰੱਬ ਪਾਵੇਂ ਮੰਦਰਾਂ 'ਚ ਹੋਣਾ ਮੇਰਾ ਬਣਿਆ ਏ ਰੱਬ ਮਾਏ ਤੇਰਾ ਚਿਰਾਨੀ ਖਬਰ ਆਈਆਂ ਮੈਂ ਦੇਖ ਰਿਹਾ ਅੱਖਾਂ ਪਰ ਆਈਆਂ ਆਵਾਜ਼ ਸੁਣ ਕੇ ਅੱਖਾਂ ਪਰੀਆਂ ਕਿ ਹਾਲਾਤ ਆਪਣੇ ਸੋਚ ਕੇ ਜੀ ਦੋਨੋਂ ਹੀ ਮਾਂ ਤੇ ਉਮੀਦ ਹੈ ਕਿ ਮੇਰਾ ਮੁੰਡਾ ਵੀ ਦੇਖਣ ਲੱਗ ਦੇ ਕੋਈ ਕੁਝ ਹੋਵੇ ਵੀ ਹਾਂ ਕੋਈ ਚਮਤਕਾਰ ਹੀ ਹੋ ਜਾਏ ਕੁਝ ਹੋ ਜਾਏ ਮੁੰਡਾ ਦੇਖਣ ਲੱਗ ਜਾਏ ਜਦੋਂ ਮਾਂ ਇਦਾਂ ਇਮੋਸ਼ਨਲ ਹੁੰਦੀ ਆ ਸਪੋਰਟ ਕਰਦੇ ਉਹ ਨਾਲ ਸਹਾਰਾ ਬੰਦੇ ਕੋਈ ਨਾ ਮਾਤਾ ਦੀ ਕੋਈ ਨਾ ਵਾਈਗਰੂ ਕਰੇਗਾ ਕੁਝ ਨਾ ਕੁਝ ਪਲੀ ਕਰੇਗਾ ਕੋਈ ਨਾ ਕੋਈ ਯਾ ਟੈਲੈਂਟ ਹੈ ਤੁਸੀਂ ਕੋਈ ਨਾ ਆਪਣਾ ਟੈਲੈਂਟ ਦਿਖਾਓ ਇਮੋਸ਼ਨਲ ਲਾਓ ਅੱਗੇ ਵਾਜੀ ਇਮੋਸ਼ਨਲ ਲਾਓ ਇਮੋਸ਼ਨਲ ਲਾਓ ਪਰ ਚੱਕਰ ਨੇ ਇੱਕ ਵਾਜੀ ਦੁਨੀਆ ਦੁਨੀਆ ਦਰਦੇਵਾ ਦੇ ਗਈ ਤੇ ਲੱਗਾ ਜੀ ਇੱਕਾ ਸੋ ਸੁਣਿਓ ਕਹਿੰਦਾ ਹਾਉ ਜੀ ਨਾ ਦੇ ਬਲੱਡ ਵਿੱਚ ਦਲ ਪਾਉਣਾ ਹੁੰਦਾ ਉਹਨਾਂ ਕੋਲ ਵਫਾਦਾਰੀ ਦੇ ਨਹੀਂ ਕਣ ਮਿਲਣੇ ਆ ਆਉ ਹੋ ਹੀ ਤੇਰੇ ਪੱਟੇ ਤੇ ਸਕੀਮਾਂ ਪਾਉਣਗੇ ਜੋ ਤੈਨੂੰ ਤੇਰੇ ਫੇਜ਼ ਉੱਤੇ ਤੇਰੇ ਬਣ ਮਿਲਣੇ ਆਉਨੀ ਤਾਂ ਵਿਚ ਰੱਖੇ ਖੋੜੇ ਦਿਲ ਵਿੱਚ ਜ਼ਹਿਰ ਰੱਖਦੀ ਆ ਦੁਨੀਆਦਾਰੀ ਉਹ ਦੱਸ ਹੁੰਦੀ ਕਿਦੇ ਪੱਕਦੀ ਆ ਕੰਮ ਜਾਂ ਕੜਾਕੇ ਮਰੇ ਠੂਕਨੇ ਚ ਲੱਤ ਹੋਈ ਪਈ ਆ ਬਈ ਮਨ ਜੱਡੀ ਦੁਨੀਆ ਆਉ ਤੋ ਤੋ ਆ ਪਿਆਰ ਰੱਖੇ ਦਿਲ ਵਿੱਚ ਖਾਰ ਕਰੇ ਪਿੱਠੇ ਪਿੱਛੇ ਵਾਰ ਬੜੀ ਟੇਢੀ ਦੁਨੀਆ ਉਤੋ ਉਤੋ ਆ ਪਿਆਰ ਰੱਖੇ ਦਿਲ ਵਿੱਚ ਖਾਰ ਕਰੇ ਪਿੱਠੇ ਪਿੱਛੇ ਵਾਰ ਬੜੀ ਟੇਢੀ ਦੁਨੀਆ ਹਾਉ ਮਾੜੇ ਟੈਮ ਵਿੱਚ ਜਿਹੜੇ ਚਿਹਰੇ ਆ ਤੇ ਹੁੰਦੇ ਹੁੰਦੇ ਅਸਲਾ ਦੇ ਵਿੱਚ ਉਹ ਰੰਗ ਲੋਕਾਂ ਦੇ ਆਉ ਹੀ ਇੱਕ ਵਿੱਚ ਵੱਜ ਜਿੱਦ ਕੱਢਦੇ ਨਹੀਂ ਪੌਣ ਪਿੱਠ ਤੇ ਸਿਕਮਾ ਹੀ ਢੰਗ ਲੋਕਾਂ ਦੇ ਹਾਉ ਭਾਈ ਭਾਈ ਕਿਆ ਕਿਆ ਗਰੁੱਪਾ ਵਿੱਚ ਵੱੜਦੇ ਆ ਯਾਰ ਯਾਰ ਕਹਿ ਕੇ ਜੜਾ ਯਾਰ ਦਿਆਂ ਵੱੜਦੇ ਆ ਹਾਉ ਦਿਲ ਵਿੱਚ ਵੱੜ ਪੂਰੀ ਭੇਤੀ ਬਣ ਕੇ ਡੇਜ ਜਜ ਬਾਤਾਂ ਨਾਲ ਖੇਡੀ ਦੁਨੀਆ ਹਉ ਤੋ ਤੋ ਆ ਪਿਆਰ ਰੱਖੇ ਦਿਲ ਵਿੱਚ ਖਾਰ ਕਰੇ ਪਿੱਠ ਪਿੱਛੇ ਵਾਰ ਬੜੀ ਟੇਢੀ ਦੁਨੀਆ ਉਤੋ ਉਤੋ ਆ ਪਿਆਰ ਰੱਖੇ ਦਿਲ ਵਿੱਚ ਖਾਰ ਕਰੇ ਪਿੱਠ ਪਿੱਛੇ ਵਾਰ ਬੜੀ ਟੇਢੀ ਦੁਨੀਆ ਇਸੇ ਕਾਰਨ ਆਪਣਾ ਇੱਕ ਵਾਰੀ ਐਡਰੈਸ ਦੱਸ ਦਿਓ ਐਡਰੈਸ ਦੱਸ ਦਿਓ ਸਭ ਕੁਝ ਦੱਸ ਦਿਓ ਠੀਕ ਹੈ ਬਈ ਲੋਕ ਜਿਹੜੇ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਆ ਉਹ ਵੀਡੀਓ ਰਾਹੀਂ ਜ਼ਰੂਰ ਪਹੁੰਚ ਕਰ ਸਕਣ ਕਿਉਂਕਿ ਮਾ ਦੇ ਅਥਰੂ ਮੈਂ ਵੀ ਦੇਖ ਰਿਹਾ ਸਾਡੇ ਕੋ ਵੀ ਨਹੀਂ ਦੇਖੇ ਜਾ ਰਹੇ ਉਸ ਅੱਖਾਂ ਚਾਹੀਏ ਉਮੀਦ ਵੀ ਹਾਂ ਤੁਹਾਡੀਆਂ ਅੱਖਾਂ ਰੋਸ਼ਨ ਹੋ ਜਾਣ ਤੁਹਾਨੂੰ ਵੀ ਦਿਖਣਾ ਸ਼ੁਰੂ ਹੋ ਜਾਏ ਹਾਂਜੀ ਭਾਜੀ ਆ ਭਾਜੀ ਡਿਲਲ ਲੁਧਿਆਣਾ ਤੇ ਤਹਿਸੀਲ ਪਹਿਲ ਤੇ ਪਿੰਡ ਮੇਰਾ ਠਮੋਟਾ ਤੇ ਭਾਜੀ ਮੇਰਾ ਫੋਨ ਨੰਬਰ ਹੈਗਾ 82830 36428 82830 36428 ਠਮੋਟ ਪਿੰਡ ਕਿਸਨਾ ਤੋਂ ਵਜਦਾ ਤੁਹਾਡਾ ਨਾਮ ਜੇ ਕੋਈ ਠਮੋਟ ਪਿੰਡ ਦਾ ਕੀ ਨਾਮ ਪੁੱਛ ਕੇ ਤੁਹਾਡੇ ਕੋਲ ਆ ਮੇਰਾ ਨਾਮ ਭਾਜੀ ਵੈਸੇ ਮੈਨੂੰ ਕਾਕਾ ਹੀ ਕਹਿੰਦੇ ਨੇ ਠਮੋਟ ਚ ਤੇ ਵੀਰੇ ਮੇਰੇ ਦਾਦੀ ਦਾ ਨਾਮ ਜਗਮੀਲ ਸਿੰਘ ਮੈਲਾ ਆ ਤੇ ਪੁੱਛ ਪੁੱਛ ਸਕਦੇ ਆ ਕਿ ਪੁੱਛ ਲਓ ਵੀ ਜਿੱਦੀ ਨਿਗਾ ਘਾਟਾ ਨਾ ਬਾਜੀ ਤੇ ਪਤਾ ਲੱਗ ਜਾਊਗਾ ਜਾਣਦੀ ਨੇ ਬਾਜੀ ਪਿੰਡ 'ਚ ਸਾਰੇ ਬਚਪਨ 'ਚ ਔਖਾ ਵੀ ਬਹੁਤ ਹੋਇਆ ਹਣਾ ਸੰਭਾਲਦੇ ਆ ਕਿਉਂਕਿ ਇਹਨਾਂ ਨੇ ਕਿਹਾ ਮੈਨੂੰ ਪੜਨ ਦਾ ਵੀ ਬੜਾ ਸ਼ੌਂਕ ਸੀਗਾ ਉਸ ਸਮੇਂ ਪੜਦਾ 8ਵੀਂ ਤੱਕ ਤਾਂ ਕੋਈ ਪਤਾ ਨਹੀਂ ਲੱਗਾ 8ਵੀਂ ਤੋਂ ਬਾਅਦ ਫਿਰ ਇਥੇ ਵੱਧ ਨਿਗਾ ਘਟ ਗਈ ਫੇਰ ਤਾਂ ਹੁਣ ਅੱਗੇ-ਅੱਗੇ ਔਖਾ ਹੀ ਔਖਾ ਪੜਨ ਦਾ ਬੜਾ ਸ਼ੌਂਕ ਸੀ ਮੈਨੂੰ ਹਾਂਜੀ ਬਾਜੀ ਉਦੋਂ ਹੀ ਲਿਖਣਾ ਸ਼ੁਰੂ ਕਰਤਾ ਸੀ ਹਾਂਜੀ ਬਾਜੀ ਬਾਜੀ ਮੈਨੂੰ ਪਤਾ ਨਹੀਂ ਸੀਗਾ ਵੀ ਇਦਾਂ ਲਾਈਫ 'ਚ ਹੋਊਗਾ ਨਾ ਗਾਂ ਜਾ ਕੇ ਮੈਂ ਕਰਕੇ ਉਦੋਂ ਦਾ ਬਾਜੀ ਪਤਾ ਵੀ ਨਹੀਂ ਸੀ ਹੁੰਦਾ ਵੀ ਆ ਵੀਜ਼ਨ ਘਾਟਣਾ ਮੇਰੀ ਉਦੋਂ ਮੈਨੂੰ ਇਹਨਾਂ ਪਤਾ ਨਹੀਂ ਸੀ ਹੁੰਦਾ ਬਾਜੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਬਾਜੀ ਮੈਨੂੰ 18 17 18 ਸਾਲ ਦਾ ਹੋ ਗਿਆ ਜਦੋਂ ਮੈਂ ਤੇ 15 ਕੇ ਸਾਲ ਦਾ ਮੈਂ ਲਿਖਣ ਲੱਗਿਆ ਸੀ ਉਦੋਂ ਦਾ ਬਾਜੀ ਮੈਨੂੰ ਪਤਾ ਨਹੀਂ ਸੀ ਹੁੰਦਾ ਵੀ ਲਾਈਫ 'ਚ ਵੀ ਮੇਰੀ ਵੀਜ਼ਨ ਘਾਟਾ ਕੀ ਯਹੀ ਮੀ ਦਾ ਵੀਜ਼ਨ ਦੀ ਹੈ ਨਾ ਬੱਚਾ ਹੁੰਦਾ ਹੌਲੀ ਹੌਲੀ ਜਦ ਰਹਿਣ ਲੱਗੇ ਦੁਨੀਆਦਾਰੀ ਤੇ ਫਿਰ ਪਤਾ ਲੱਗੇ ਬਾਜੀ ਵੀ ਬਾਅਦ ਚ ਪ੍ਰੋਬਲਮ ਆਉਣੀ ਸਟਾਰਟ ਹੋ ਗਈਆਂ ਕੋਈ ਨਾ ਆਪਣੇ ਟੈਲੈਂਟ ਵੀ ਬੜਾ ਵੱਡਾ ਦੇਤਾ ਕਿਸੇ ਕਿਸੇ ਚ ਹੁੰਦਾ ਹਾਂਜੀ ਬਾਜੀ ਸੋ ਹੈਲਪ ਕਰਿਓ ਬਾਜੀ ਵੀ ਵੀਡੀਓ ਨੂੰ ਇੱਥੇ ਰੋਕਣਾ ਚਾਹਾਂਗਾ ਕਿਉਂਕਿ ਜ਼ਰੂਰ ਮੁੰਡੇ ਦਾ ਟੈਲੈਂਟ ਹੋਰ ਦੇਖਿਆ ਜਾ ਸਕਦਾ ਪਰ ਕਿੰਨਾ ਕੋ ਇਮੋਸ਼ਨਲ ਹੋ ਗਿਆ ਯਾਰ ਇਹ ਕੋ ਤੁਸੀ ਵੀ ਦੇਖ ਸਕਦੇ ਹੋ ਵੈਸਤਾ ਮੈਂ ਰੋਕ ਰਹੀ ਆ ਸੀ ਪਰ ਇੱਕ ਜ਼ਰੂਰ ਐਂਡ ਚ ਜੇ ਤੁਸੀ ਸੁਣਾ ਸਕਦੇ ਹੋ ਤਾਂ ਜ਼ਰੂਰ ਕੋਈ ਲਿਖਾਵਟ ਆਪਣੀ ਜ਼ਰੂਰ ਸੁਨਾਈਓ ਵੈਸਤਾ ਮੈਂ ਰੋਕਣ ਲੱਗਾ ਸੀ ਹਾਂਜੀ ਬਾਜੀ ਲਿਖਾਵਟ ਬਾਜੀ ਕੋਈ ਵੀ ਗਾਣਾ ਲਿਖਿਆ ਹੋਇਆ ਹੋਰ ਜਿਹੜਾ ਰਹਿ ਗਿਆ ਹੋਵੇ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੋਵੇ ਠੀਕ ਹੈ ਬਾਜੀ ਬਾਜੀ ਸਾਡ ਕੀ ਸੁਣਾ ਸਕਦਾ ਸੁਣਾਓ ਠੀਕ ਹੈ ਹੋ ਪਹਿਲਾ ਪਹਿਲਾ ਬੜਾ ਸੋਹਣੀਏ ਪਿਆਰ ਤੁਝ ਤਾਇਆ ਸੀ ਯਾਦ ਕਰ ਉਹ ਪਲ ਜਦੋਂ ਨੇੜੇ ਤੇਰੇ ਆਇਆ ਸੀ ਹੋ ਪਹਿਲਾ ਪਹਿਲਾ ਬੜਾ ਸੋਹਣੀਏ ਪਿਆਰ ਤੁਝ ਤਾਇਆ ਸੀ ਯਾਦ ਕਰ ਉਹ ਪਲ ਜਦੋਂ ਨੇੜੇ ਤੇਰੇ ਆਇਆ ਸੀ ਕਦ ਦੇ ਆਖਦੀ ਸੀ ਤੇਰੇ ਬਿਨਾ ਮਰ ਜੂਗੀ ਮੈਂ ਹੁਣ ਦੱਸ ਕਿ ਮੈਂ ਹੋਰ ਤੇਰੀ ਰੂਹ ਉਤੇ ਛਾ ਗਿਆ ਹਾਂ ਤੇਰਾ ਦਿਲ ਆਇਆ ਸੋਹਣੇ ਇੱਕ ਰਾਹੇ ਦਹਾਏ ਕਰ ਜੀ ਦਾ ਦਿਲ ਕੀਤਾ ਸੋਹਣੇ ਨੀਰਣ ਉਹੀ ਆ ਗਿਆਂ ਤੇਰਾ ਦਿਲ ਆਇਆ ਸੋਹਣੇ ਇੱਕ ਰਾਹੇ ਦਹਾਏ ਕਰ ਜੀ ਦਾ ਦਿਲ ਕੀਤਾ ਸੋਹਣੇ ਨੀਰਣ ਉਹੀ ਆ ਗਿਆਂ ਤੋਂ ਤੋਂ ਮੋੜ ਪਿੰਡ ਦੇ ਕਾਕੇ ਨਾਲ ਸੀ ਗੱਲਬਾਤ ਕੀਤੀ ਆ ਜਿਵੇਂ ਕਿ ਤੁਸੀਂ ਸੋਨੀ ਲਿਆ ਹੈਗਾ ਟੈਲੈਂਟ ਕਿੰਨਾ ਕੋਹਾ ਮੁੰਡੇ 'ਚ ਬਚਪਨ ਤੋਂ ਹੀ ਜੋ ਵਿਜ਼ਨ 'ਚ ਪ੍ਰੋਬਲਮ ਸੀਗੀ ਹੌਲੀ-ਹੌਲੀ ਵੱਧ ਗਈ 8ਵੀਂ ਜਮਾਤ ਤੱਕ ਤਾਂ ਮੁੰਡੇ ਨੇ ਪੜ੍ਹਿਆ ਸ਼ੌਂਕ ਬੜਾ ਸੀ ਪੜਨ ਦਾ ਲਿਖਣ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਪਰ ਹੁਣ ਜਿਹੜਾ ਆਪਣਾ ਸ਼ੌਂਕ ਹੈ ਇਸ ਤਰੀਕੇ ਨਾਲ ਪੂਰਾ ਕਰ ਰਿਹਾ ਜ਼ਰੂਰ ਲਿਖ ਨਹੀਂ ਪਾਂਦਾ ਹੁਣ ਵਿਜ਼ਨ ਕੱਟ ਦੇ ਕਰਕੇ ਪਰ ਫੋਨ 'ਚ ਰਿਕਾਰਡ ਕਰ ਲੈਂਦਾ ਸੋ ਇਹ ਸੀਗੀ ਅੱਜ ਦੀ ਖਬਰ ਵਦਿਰੀ ਖਬਰਾਂ ਦੇ ਜੁੜੇ ਹੋਏ ਡੇਲੀ ਪੋਸਟ ਦੇ ਨਾਲ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਵਰਜਤ ਸਿੰਘ ਦੀ ਰਿਪੋਰਟ